ਤੇਜ ਤੇ ਰਾਜਮਾਨ ਭੈਣ ਹਰਗੁਬਿੰਦ ਕੌਰ ਜੀ ਉਹਨਾਂ ਦੀ ਨਾਲ ਸਾਰੀ ਟੀਮ ਪੰਜਾਬ ਤੇ ਪੰਜਾਬ ਤੋਂ ਬਾਹਰੋਂ ਆਏ ਉਹਨਾਂ ਦੇ ਟੀਮ ਦੇ ਮੈਂਬਰ ਸਹਿਬਾਨ ਪਤੀ ਅਸਕਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵਾਸਤੇ ਬੜੀ ਖੁਸ਼ੀ ਦਾ ਦਿਨ ਹੈ। ਕੇਸ਼ਰੀ ਕੀ ਹਰ ਹਰ ਗੋਬਿੰਦ ਕੌਰ ਜੀ ਅੱਜ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋਏ ਐ। ਬਹੁਤ ਸਾਲਾਂ ਤੋਂ ਮੈਂ ਜਾਣਦਾ ਇਹਨਾਂ ਨੂੰ ਬਹੁਤ ਸਾਲਾਂ ਤੋਂ। ਮੇਰੇ ਪਿਤਾ ਬਾਦਲ ਸਾਹਿਬ ਜਿੱਦੋਂ ਵੀ ਸਾਨੂੰ ਮੌਕਾ ਮਿਲਦਾ ਸੀ ਪੰਜਾਬ ਦੀ ਸੇਵਾ ਕਰਨ ਦਾ ਆ ਲਗਾਤਾਰ ਉਹਨਾਂ ਕੋਲ ਆਉਂਦੇ ਤੇ ਮਸਲੇ ਹੱਲ ਕਰਾਉਂਦੇ ਇੱਕ ਗਰੀਬ ਪਰਿਵਾਰ ਤੋਂ ਵਿੱਚ ਪੈਦਾ ਹੋ ਕੇ ਕਿਸਾਨ ਪਰਿਵਾਰ ਵਿੱਚ ਪੈਦਾ ਹੋ ਕੇ ਅੰਗਣਵਾੜੀ ਯੂਨੀਅਨ ਦੀ এগਵਾਈ ਕਰਨੀ ਇੱਕ ਬਹੁਤ ਵੱਡੀ ਗੱਲ ਹੈ ਮੈਂ ਇਹਨਾਂ ਦੇਖਿਆ ਜਿੰਨਾ ਸੰਘਰਸ਼ ਤੁਸੀਂ ਕੀਤਾ ਹੈ ਸਿਰ ਝੁਕਦਾ ਤੁਸੀਂ ਨਾ ਡਾਂਗਾਂ ਦੀ ਪ੍ਰਵਾਹ ਕੀਤੀ ਨਾ ਨੇਰੀ ਦੀ ਪ੍ਰਵਾਹ ਕੀਤੀ ਨਾ ਤੂਫਾਨਦਦ ਪ੍ਰਵਾਹ ਕੀਤਾ ਪਰ ਆਪਣੀ ਹੱਕਾਂ ਦੀ ਲੜਾਈ ਲੜੀ 27 ਸਾਲ ਇੱਕ ਯੂਨੀਅਨ ਦੀ ਅਗਵਾਈ ਕਰਨੀ ਇੱਕ ਉਸ ਇਨਸਾਨ ਕਰ ਸਕਦਾ ਜਿਹਦੀ ਬੜੀ ਕਾਬਲੀਅਤ ਹੋਵੇ ਤੇ ਉਹਦੇ ਬਾਅਦ ਹਿੰਦੁਸਤਾਨ ਦੀ ਯੂਨੀਅਨ ਦੀ ਗਾਇ ਕਰਨੀ ਇਹਦਾ ਮਤਲਬ ਕਿ ਪੂਰੇ ਹਿੰਦੁਸਤਾਨ ਦੀ ਅੰਗਨਵਾੜੀ ਵਰਕਰ ਤੁਹਾਡੇ ਤੇ ਵਿਸ਼ਵਾਸ ਕਰਦੀ ਹੈ 16 ਸਾਲ ਹੋ ਗਏ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਸਾਰਿਆਂ ਨੂੰ ਇੱਕ ਝੰਡੇ ਤੱਕੇ ਵਿੱਚ ਪਰੋਣਾ ਜੇ ਤੁਸੀਂ ਦੇਸ਼ ਦੀ ਆਬਾਦੀ ਦੇਖੀਏ ਅੱਧੀ ਆਬਾਦੀ ਔਰਤਾਂ ਦੀ ਹੈ ਪਰ ਔਰਤ ਨੂੰ ਉਹ ਆਪਣਾ ਹੱਕ ਨਹੀਂ ਮਿਲਿਆ ਔਰਤ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਮੀਰੀ ਪੀਰੀ ਦਾ ਸਿਧਾਂਤ ਸਗਾਇਆ ਕਿਉਂ ਸਗਾਇਆ ਕਿਹਾ ਕਿ ਮੀਰੀ ਪੀਰੀ ਦਾ ਸਿਧਾਂਤ ਹੋਣਾ ਚਾਹੀਦਾ ਹੈ ਕਿਉਂਕਿ ਰਾਜ ਦੇ ਬਿਨਾਂ ਵੀ ਨਾ ਧਰਮ ਅੱਗੇ ਵੱਸੇਦਾ ਨਾ ਕੋਈ ਇਨਸਾਨ ਅੱਗੇ ਵੱਸ ਸਕਦਾ ਹੈ ਤੁਹਾਡੇ ਕੋਲੇ ਤਾਕਤ ਹੋਣ ਦੀ ਲੋੜ ਹੈ ਕਿ ਆਪਣੇ ਆਪਣੇ ਲੋਕਾਂ ਦੀ ਮਦਦ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਦੂਜੀਆਂ ਪਾਰਟੀ ਨਾਲ ਜ਼ਮੀਨ ਅਸਮਾਨ ਦਾ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ ਪੰਜਾਬੀਆਂ ਦੀ ਆਵਾਜ਼ ਹੈ 102 ਸਾਲ ਪੁਰਾਣੀ ਪਾਰਟੀ ਹੈ ਖਰਮਨੀ ਕਾਲੀ ਦਲ ਵੀ ਸੰਘਰਸ਼ ਚੋਂ ਨਿਕਲੀ ਹੈ ਸਦਾ ਪ੍ਰਕਾਸ਼ ਸਿੰਘ ਬਾਦਲ 16 ਸਾਲ ਉਹਨਾਂ ਨੇ ਜੇਲ੍ਹ ਚ ਕੱਟੀ ਹੈ ਕੋਈ ਪਰਚਾ ਨਹੀਂ ਸੀ ਓਵੇਂ ਸਾਡੀ ਸਮੁੱਚੀ ਲੀਡਰਸ਼ਿਪ ਨੇ ਕੱਟੇ ਹੈ ਸਰਕਾਰ ਤਾਂ ਹੁਣ ਬਣ ਲੱਗੀ ਹੈ ਪਹਿਲੇ ਤਾਂ ਜੇਲ੍ਹਾਂ ਚ ਹੀ ਰਹੇ ਹੈ ਹੱਕ ਲਈ ਗਰੀਬ ਦੇ ਹੱਕ ਲਈ ਮਜ਼ਦੂਰ ਦੇ ਹੱਕ ਲਈ ਪੰਜਾਬੀਆਂ ਦੇ ਹੱਕ ਲਈ ਕੌਮ ਦੇ ਹੱਕ ਲਈ ਸੋ ਜਿਵੇਂ ਅੰਗਣਵਾੜੀ ਯੂਨੀਅਨ ਹੈ ਤੁਸੀਂ ਆਪਣੇ ਹੱਕਾਂ ਲਈ ਆ ਬਣਾਈ ਹੈ ਉਵੇਂ ਪੰਜਾਬ ਤੇ ਕੌਮ ਦੇ ਹੱਕਾਂ ਲਈ ਸ਼੍ਰੋਮਣੀ ਅਕਾਲੀ ਦਲ ਹੈ ਮੈਂ ਇੱਕ ਗੱਲ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਮੇਰੇ ਪਿਤਾ ਬਾਦਲ ਸਾਹਿਬ ਨੇ ਮੈਨੂੰ ਇੱਕ ਗੱਲ ਸਿਖਾਈ ਤੇ ਮੈਂ ਉਹ ਪੱਲੇ ਬੰਨੇ ਸਾਹ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਹੁੰਦੀ ਸੀ ਕੀ ਜੋ ਵੀ ਵਾਦਾ ਕਰਨਾ ਪੂਰਾ ਕਰਨਾ ਕਈ ਲੋਕ ਆਉਂਦੇ ਸੀ ਕਿ ਆਹ ਵੀ ਕਹਿ ਦਿਓ ਉਹ ਵੀ ਕਹਿ ਦਿਓ ਆਹ ਵੀ ਕਹਿ ਦਿਓ ਕਹਿੰਦੇ ਨਹੀਂ ਉਹ ਕਹਿੰਦੇ ਮੇਰੀ ਜ਼ਿੰਦਗੀ ਦੀ ਕਮਾਈ ਹੈ ਮੇਰੀ ਜ਼ਬਾਨ ਤੇ ਉਸੇ ਤਰ੍ਹਾਂ ਤੇ ਅਸੀਂ ਚੱਲ ਰਹੇ ਹਾਂ ਜੋ ਬਾਦਲ ਸਾਹਿਬ ਨੇ ਲੋਕ ਪੰਜਾਬ ਦੀ ਜਨਤਾ ਨੂੰ ਵਾਦਾ ਕੀਤਾ ਪੂਰਾ ਕੀਤਾ ਜੇ ਉਹਨਾਂ ਨੇ ਆਟਾ ਦਾਲ ਕਿਹਾ ਦੇਵਾਂਗੇ ਸਕੀਮ ਉਹ ਚਾਲੂ ਕੀਤੀ ਨਾ ਪਹਿਲੇ ਵੇਲੇ ਸ਼ਗਨ ਸਕੀਮ ਲੜਕੀਆਂ ਨੂੰ ਪੜਨ ਵਾਸਤੇ ਸਾਈਕਲ ਜਿੰਨੀ ਆ ਮੀ ਚੀਜ਼ ਰਹੇਗੀ ਅਸਾਨੂੰ ਸਾਰੇ ਜਾਣਦੇ ਹਾਂ ਅਸੀਂ ਕਿਤੇ ਲਾਰੇ ਨਹੀਂ ਲਾਏ ਤੇ ਮੈਂ ਅੱਜ ਭੈਣ ਜੀ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਸੀਂ ਜੋ ਤੁਹਾਡੀ ਸਮੱਸਿਆ ਅੰਗਣਵਾੜੀ ਵਰਕਰਾਂ ਦੀ ਜੋ ਸਮੱਸਿਆ ਪ੍ਰਮਾਤਮਾ ਮੇਰ ਕਰੇ ਤੁਸੀਂ ਸਾਰੇ ਮਿਹਨਤ ਕਰੋ ਥੋਡੀ ਸਰਕਾਰ ਪੰਜਾਬ ਚ ਆ ਜੇ ਥੋਡੀ ਸਰਕਾਰ ਆ ਜੇ ਤੁਹਾਡੀ ਪ੍ਰਾਣੀਆਂ ਐਨੇ ਸਾਲ ਦੀ ਤੁਹਾਡੇ ਜਿਹੜੇ ਸੁਪਨੇ ਸੀ ਉਹ ਪੂਰੇ ਕੀਤੇ ਜਾਣਗੇ ਅਸੀਂ ਕਿਤੇ ਤੁਹਾਡੇ ਨਾਲ ਝੂਠਾ ਵਾਅਦਾ ਨਹੀਂ ਕਰਾਂਗੇ ਕਿਉਂਕਿ ਅਸੀਂ ਰਹਿਣਾ ਹੀ ਇੱਥੇ ਆ ਤੁਹਾਡੇ ਪਰਿਵਾਰ ਚ ਰਹਿਣਾ ਹੈ ਅਸੀਂ ਜਿਉਣਾ ਮਰਨਾ ਇੱਥੇ ਆ ਆ ਹੁਣ ਝਾੜੂ ਵਾਲੇ ਆਏ ਆ ਕੇਜਨੀਵਾਲ ਦੇ ਨਾਂ ਤੇ ਵਾਅਦੇ ਕਰ ਲੈ ਕਿਉਂ ਲੱਭਦਾ ਨਹੀਂ ਨਾ ਉਹਨੇ ਲੱਭਣਾ ਇਹਨਾਂ ਦਾ ਕੀ ਕੰਮ ਹੈ ਕਿ ਝੂਠ ਬੋਲ ਕੇ ਸਰਕਾਰ ਬਣਾ ਲੋ ਬਾਅਦ ਦੇਖੀ ਜਾਊਗੀ ਉਵੇਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੇ ਹੱਥ ਰੱਖ ਕੇ ਝੂਠੀਆਂ ਸੋਹਾਂ ਖਾਧੀਆਂ ਦਿਖਾਈ ਨਹੀਂ ਦਿੱਤੇ ਜੇ ਪੰਜਾਬ ਨੂੰ ਬਣਾਇਆ ਜੇ ਪੰਜਾਬ ਬਣਿਆ ਤੁਸੀਂ ਕਿਤੇ ਮਰਜ਼ੀ ਜਾਓ ਤੁਸੀਂ ਤਾਂ ਮਨ ਲੱਗਦਾ ਮੈਥੋਂ ਜ਼ਿਆਦਾ ਤੁਸੀਂ ਜ਼ਮੀਨ ਨਾਲ ਜੁੜਿਓ ਕਿਉਂਕਿ ਤੁਸੀਂ ਹਰ ਪਿੰਡ ਵਿੱਚ ਹਰ ਮੁਹੱਲੇ ਵਿੱਚ ਹਰ ਗਰੀਬ ਦੇ ਘਰਵਾਂ ਨਾਲ ਜੁੜਿਓ ਜੋ ਕੁਛ ਗਰੀਬ ਨੂੰ ਮਿਲ ਰਿਹਾ ਸਾਰਾ ਕੋਸ਼ੀਸ਼ ਦਾ ਪ੍ਰਕਾਸ਼ ਸਿੰਘ ਬਾਦਲ ਨੇ ਦੇਣਾ ਸ਼ੁਰੂ ਕੀਤਾ ਸੀ ਇੱਕ ਵੀ ਨਿਸ਼ਾਨੀ ਕਿਸੇ ਦੀ ਨਹੀਂ ਹੈ ਕਿਉਂਕਿ ਸਾਹ ਪ੍ਰਕਾਸ਼ ਸਿੰਘ ਬਾਦਲ ਜ਼ਮੀਨ ਨਾਲ ਜੁੜੇ ਹੋਏ ਲੀਡਰ ਸੀ ਪੰਜਾਬ ਦਾ ਕੋਈ ਘਰ ਨਹੀਂ ਕੋਈ ਪਿੰਡ ਨਹੀਂ ਜਿੱਥੇ ਉਹ ਆਪ ਨਾ ਗਏ ਬਹਿੰਦੇ ਸੀ ਵਿੱਚ ਬੈ ਕੇ ਜਿਵੇਂ ਤੁਸੀਂ ਪਿੰਡ 'ਚ ਆ ਕੇ ਗਲੀਆਂ ਮੁਹੱਲਿਆਂ ਜਾ ਕੇ ਘਰਾਂ ਜਾ ਕੇ ਬਹਿ ਕੇ ਸੁਣਦੀਆਂ ਉਸ ਸਮੱਸਿਆ ਤੁਹਾਨੂੰ ਪਤਾ ਹੈ ਕਿ ਹਰ ਗਰੀਬ ਦੀ ਭੈਣ ਦੀ ਮਾਤਾ ਦੀ ਕੀ ਸਮੱਸਿਆ ਹੈ ਉਵੇਂ ਸਾਬ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਸੀ ਉਵੇਂ ਇਕਾਲੀ ਦਲ ਦੇ ਵਰਕਰਾਂ ਨੂੰ ਪਤਾ ਹੈ ਇਸ ਕਰਕੇ ਮੈਂ ਇਨਾਂ ਇਹ ਕਹਣਾ ਮੈਂ ਕਈ ਜਗ੍ਹਾ ਤੇ ਕਿਹਾ ਹੈ ਜੇ ਸ਼੍ਰੋਮਣੀ ਕਾਲੀ ਦਲ ਤਗੜਾ ਤੇ ਪੰਜਾਬ ਤਗੜਾ ਗਰੀਬ ਤਗੜੇ ਹੈ ਜਦੋਂ ਜਦੋਂ ਹੋਰ ਕੋਈ ਪਾਰਟੀ ਦੀ ਸਰਕਾਰ ਆਉਂਦੀ ਹੈ ਉਵੇਂ ਹੀ ਪੰਜਾਬ ਪਿੱਛੇ ਡਰ ਜਾਂਦਾ ਹੈ ਅੱਜ ਦੀ ਜਿਹੜੀ ਸਰਕਾਰ ਹੈ 700 ਕਰੋੜ ਰੁਪਇਆ ਇਸ਼ਤਿਹਾਰਾਂ ਤੇ ਲਾਉਂਦੀ ਹੈ 700 ਕਰੋੜ ਰੁਪਇਆ ਮੈਨੂੰ ਲੱਗਦਾ ਆਪਣੀ ਸਰਕਾਰਾਂ ਦੇ ਨਾਲ ਮਸਾ 25 ਆ 30 ਕਰੋੜ ਦਾ ਪੂਰੇ ਸਾਲ ਦਾ ਬਜਟ ਹੁੰਦਾ ਸੀ ਇੱਥੇ 7.500 ਕਰੋੜ ਦਾ ਅੱਜ ਲੋਕੀ ਮੈਂ ਪੰਜਾਬ ਦੇ ਕੋਨੇ ਕੋਨੇ ਜਾਗਿਆਂ ਤੂਫਾਨ ਕਰਕੇ ਬਾੜ ਕਰਕੇ ਮੀਂਹ ਕਰਕੇ ਬਹੁਤ ਨੁਕਸਾਨ ਹੋਇਆ ਇੱਕ ਚੀਜ਼ ਨਹੀਂ ਪਹੁੰਚੀ ਸੇਮ ਨਾਲੇ ਸਾਫ਼ ਨਹੀਂ ਹੋਏ ਬੰਦ ਨਹੀਂ ਬਣੇ ਪਰਿਸ਼ਠਿਆਰਾਂ ਦੇ ਜੋਰ ਆ ਫਰਕ ਹੈ ਸਾਬਕਾ ਪ੍ਰਕਾਸ਼ ਸਿੰਘ ਜੀ ਬਾਦਲ ਵਰਗੇ ਲੀਡਰ ਦਾ ਤੇ ਇਹਨਾਂ ਨਵੇਂ ਲੀਡਰਾਂ ਦਾ ਜਿਵੇਂ ਦੱਸਿਆ ਗਿਆ ਸਾਬਕਾ ਪ੍ਰਕਾਸ਼ ਸਿੰਘ ਬਾਦਲ 2 ਮਹੀਨੇ ਪਹਿਲੇ ਹੀ ਚੱਲ ਪੈਂਦੇ ਸੀ ਕਿ ਕਿ ਹੁਣ ਮੀਂਹ ਪੈਣ ਵਾਲਿਆ ਕੀ ਕੀ ਇੰਤਜ਼ਾਮ ਕਰਨ ਦੀ ਲੋੜ ਹੈ ਮੈਂ ਤਾਂ ਕਹਿੰਦਾ ਅੱਜ ਮੁੱਖ ਮੰਤਰੀ ਨੂੰ ਜਿਹੜੇ ਅੱਜ ਤੋਂ ਬਾਅਦ ਇਸ਼ਤਿਹਾਰ ਸਾਰੇ ਬੰਦ ਕਰ ਦਿਓ ਜਿੰਨਾ 600 ਕਰੋੜ ਬਚੂਗਾ 650 ਕਰੋੜ ਬਚੂਗਾ ਪਿੰਡ ਪਿੰਡ ਜਾ ਕੇ ਉਹਦੇ ਰਾਸ਼ਨ ਦਾ ਪ੍ਰਬੰਧ ਕਰੋ ਉੱਥੇ ਚਾਰੇ ਦਾ ਪ੍ਰਬੰਧ ਕਰੋ ਐਨੇ ਨਾ ਸਰ ਜੂਗਾ ਸ਼ਤियार ਤੇ ਕੇਜਰੀਵਾਲ ਦੀ ਡਰਾਈਵਰੀ ਬੰਦ ਕਰ ਦਿਓ ਜਿਹੜਾ ਰੋਜ਼ ਹਾ ਚੱਕ ਕੇ ਉਹਨੂੰ ਦੁਨੀਆਂ ਦਾ ਆਦੇਸ਼ ਦੇ ਸੈਰ ਕਰਾਉਣੇ ਹੋ ਉਹ ਬੰਦ ਕਰ ਦਿਓ ਮੈਂ ਜਾਦਾ ਸਮਝ ਲੈਣਾ ਕਿਉਂਕਿ ਮੈਂ ਹੁਣੀ ਕਈ ਇਲਾਕੇ ਆ ਜਿੱਥੇ ਨਹੀਂ ਜਾ ਸਕੇ ਉੱਥੇ ਰਾਸ਼ਨ ਵਿਚਾਰਿਆਂ ਤੇ ਸਮਾਨ ਵਿਚਾਰਿਆਂ ਦਵਾਈਆਂ ਵਿਚਾਰਿਆਂ ਉੱਥੇ ਲੈ ਕੇ ਜਾਣਾ ਮੈਂ ਅੱਜ ਦਿਲ ਦੀ ਗਰਾਈਆਂ ਤੋਂ ਭੈਣ ਜੀ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਬਹੁਤ ਦੇਰ ਦੀ ਮੇਰੀ ਖੁਆਇ ਸੀ ਕਿ ਸਾਡੀ ਪਾਰਟੀ ਵਿੱਚ ਐਜ਼ ਐ ਗਬੀ ਜਰੀਮ ਜ਼ਮੀਨ ਨਾਲ ਜੁੜੇ ਹੋਏ ਲੋਕ ਸਾਡੀ ਪਾਰਟੀ 'ਚ ਤੁਹਾਡੇ ਵੰਗੂ ਆਉਣ ਜਿਹੜੀ ਆਵਾਜ਼ ਬਣ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦੋਣਾ ਤੁਸੀਂ ਜੋ ਵਾਅਦਾ ਕਰੋਗੇ ਜੋ ਸੰਗਾਸੀ ਤੁਹਾਡੇ ਨਾਲ ਹੈ ਸਾਰੀ ਹੁਣ ਪਾਰਟੀ ਤੁਹਾਡੇ ਨਾਲ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਅੰਗਨਵਾੜੀ ਯੂਨੀਅਨ ਦੀ ਸੇਵਾ ਉਹ ਤੋਂ ਜ਼ਿਆਦਾ ਸਟਰੋਂਗ ਹੋ ਕੇ ਕਰਨਗੇ ਹੁਣ ਤੁਹਾਡੇ ਨਾਲ ਇੱਕ ਪਾਰਟੀ ਵੀ ਜੁੜ ਗਈ ਹੈ ਤੁਹਾਡੇ ਨਾਲ ਤੁਹਾਡੇ ਹੱਕਾਂ ਦੀ ਲੜਾਈ ਵਾਸਤੇ ਆ ਬਸ ਅ 2.5 3 ਸਾਲ ਦਾ ਔਖਾ ਸਮਾਂ ਰਹਿ ਗਿਆ ਫਿਰ ਤੁਹਾਡੀ ਆਪਣੀ ਸਰਕਾਰ ਬਣ ਜੂਗੀ ਜਿਵੇਂ ਤੁਸੀਂ ਇੰਨੇ ਸੰਘਰਸ਼ ਕੀਤੇ ਜੋਸਰੀਆਂ ਪਹਿਲੇ ਹੀ ਕੈਬਨਿਟ ਮੀਟਿੰਗ ਚ ਪੁਰੀਆਂ ਹੋਣਗੀਆਂ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਜਾਵਾਂਗਾ ਨਾਲੇ ਤੁਹਾਨੂੰ ਸਰਕਾਰ ਵਿੱਚ ਚੰਗਾ ਮਾਨ ਸਤਕਾਰ ਪੂਰੀ ਪੋਜੀਸ਼ਨ ਦੇ ਦਾਂਗੇ ਘੱਟੋ ਘੱਟ ਤੁਹਾਡੀ ਆਪਣੀ ਸਰਕਾਰ ਤੁਸੀਂ ਆਪ ਫੈਸਲੇ ਲੈ ਸਕੋ ਮੈਂ ਅੱਜ ਮੈਂ ਇੱਕ ਐਲਾਨ ਵੀ ਕਰਨਾ ਚਾਹਣਾ ਹੈ ਭੈਣ ਹਰਗੋਬਿੰਦ ਕੌਰ ਜੀ ਨੂੰ ਮੈਂ ਇਸਤਰੀ ਕਾਲੀ ਦਲ ਦੀ ਪ੍ਰਧਾਨ ਵੀ ਬਣਾਉਣ ਕਰਦਾ ਹਾਂ ਬੋਲੇ ਤੇ ਸਾਰੀ ਟੀਮ ਨੂੰ ਹੁਣ ਤੁਸੀਂ ਪਾਰਟੀ ਨੂੰ ਤੁਸੀਂ ਤਗੜਾ ਕਰਨਾ ਹੈ ਤੁਸੀਂ ਆਪਣੀ ਸਰਕਾਰ ਲੈ ਕੇ ਆਉਣੀ ਹੈ ਤੇ ਅੰਗਨਵਾੜੀ ਵਰਕਰਾਂ ਦੇ ਸੁਪਨੇ ਹੁਣ ਤੁਸੀਂ ਪੂਰੇ ਕਰਨੇ ਆ ਅਸੀਂ ਤੁਹਾਡੇ ਨਾਲ ਲੱਗ ਕੇ ਭੈਣ ਜੀ ਨੂੰ ਅਸੀਂ ਪੂਰਾ ਤਾਕਤ ਦੇ ਕੇ ਜਿਸ ਚੀਜ਼ ਦੀ ਤੁਹਾਨੂੰ ਲੋੜ ਹੈ ਅਸੀਂ ਤੁਹਾਡੇ ਨਾਲ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਆਪ ਆਪਣੇ ਦਫ਼ਤਰ ਆਏ ਹੋ ਹੁਣ ਆ ਤੁਹਾਡਾ ਦਫ਼ਤਰ ਹੈ ਜਦੋਂ ਵੀ ਆਓ ਇੱਥੇ ਆਓ ਜੇ ਚੰਡੀਗੜਾ ਐ ਚਾ ਪਾਣੀ ਤੁਹਾਡੇ ਵਾਸਤੇ ਦਫਤਰ ਹੈਗਾ ਕਿਸੇ ਚੀਜ਼ ਦੀ ਮੁਸ਼ਕਲ ਹੋਏ ਤੁਹਾਡੀ ਕੋਈ ਜਾਤੀ ਪ੍ਰੋਬਲਮ ਆ ਜੇ ਮੈਨੂੰ ਮਿਲਿਓ ਭੈਣ ਜੀ ਨੂੰ ਮਿਲਿਓ ਆ ਮੈਥੋਂ ਕੋਈ ਕਿਸੇ ਅਸੀਂ ਜੋ ਤੁਹਾਡੀ ਕਮੀਆਂ ਉਹ ਦੂਰ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਤਿਹ ਅਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ